ਇਹ ਲੋਕ ਸਭਾ ਵੋਟਾਂ ਨੇ ਤੇ ਆਵਾ ਕਹਿੰਦੇ ਵੱਲ ਹੈ ਇਸ ਵਾਰੀ ਫਿਰੋਜ਼ਪੁਰ 'ਚ ਸ਼ੇਰ ਸਿੰਘ ਗਵਾਇਆ ਜਿੰਦਾਬਾਦ। ਗਵਾਏ ਹੋਏ ਵੱਲ ਉਹ ਆਵਾ ਕੀ ਜ਼ਿਆਦਾ। ਹਾਂਜੀ ਹਾਂਜੀ ਗਵਾਏ ਵੱਲ। ਕਿਹੜਾ ਪਿੰਡ ਤੁਹਾਡਾ? ਤੁਣਕੀਆ ਜੀ। ਇਹ ਗਵਾਏ ਨੂੰ ਵੋਟ ਫਿਰ ਇੱਧਰ ਜ਼ਿਆਦਾ। ਹਾਂਜੀ ਹਾਂਜੀ ਗਵਾਏ ਨੂੰ। ਠੀਕ ਹੈ, ਹੋਰ ਕੀ ਕਹਿਣਾ ਚਾਹੁੰਦੇ ਹੋ? ਬਸ ਇਹੀ ਵੀ ਸ਼ੇਰ ਸਿੰਘ ਗਵਾਇਆ ਤੇ ਜਿੱਤ ਜਾਵੇਗਾ। ਠੀਕ। ਹਾਂਜੀ, ਇਹ ਲੋਕ ਸਭਾ ਫਿਰੋਜ਼ਪੁਰ ਦੇ ਵੋਟਾਂ ਆ ਰਹੀਆਂ ਨੇ ਤੇ ਹਵਾ ਕਿਹਦੇ ਵੱਲ ਜ਼ਿਆਦਾ? ਇਹ ਜ਼ਿਆਦਾ ਸ਼ੇਰ ਸਿੰਘ ਗਵਾਇਆ ਨੂੰ ਜ਼ਿਆਦਾ ਹਵਾ ਚੱਲ ਰਹੀ ਹੈ ਅਤੇ ਸਾਰੇ ਲੋਕ ਜਿਹੜੇ ਨੇ ਸਾਰੀ ਬੇਦਰੀਆਂ ਦੀਆਂ ਨੂੰ ਚਾਹ ਰਹੇ ਨੇ। ਠੀਕ ਹੈ, ਕਿਹੜਾ ਪਿੰਡ ਹੈ ਤੁਹਾਡਾ? ਆਪਣਾ ਜੱਲਾ ਲੱਖਾ ਸੀ ਅਠਾੜ ਤੁਣਕੀਆਂ ਵੱਲ। ਇਹ ਸ਼ੇਰ ਸਿੰਘ ਹੁਣੇ ਆਵਾਜ਼ ਚੱਲਦੀ ਪਈ ਹੈ ਸਾਰੇ ਜ਼ਿਲ੍ਹੇ ਦੀ। ਠੀਕ, ਇਹ 2 ਲੱਖ ਦੀ ਰੀਡ ਨਾਲੇ ਜਿੱਤ ਪ੍ਰਾਪਤ ਕਰੇਗਾ। ਠੀਕ ਹੈ। ਹਾਂਜੀ ਬਾਪੂ, ਕੀ ਨਾਮ ਹੈ? ਹਾਂਜੀ ਮੰਗਲ ਸਿੰਘ ਜੀ। ਅਤੇ ਇਹ ਵੋਟਾਂ ਦੀ ਹਵਾ ਕਿਹੜੇ ਨਾਲ ਪਾਸੇ ਜ਼ਿਆਦਾ? ਇਹ ਜੀ ਸ਼ੇਰ ਸਿੰਘ ਗਵਾਇਆ ਚੱਲ ਰਹੀ ਹੈ ਕਾਂਗਰਸ ਵੱਲੋਂ। ਠੀਕ ਹੈ। ਹਾਂਜੀ, ਇਹ ਪ੍ਰਾਪਤ ਹੀ ਹੋਏਗਾ, ਵੱਧ ਜਾ ਕੇ ਟਾਈਮ 2 ਲੱਖ ਦੇ ਨੇੜੇ ਨੇੜੇ ਪੜੇਗਾ ਜੀ, ਤਾਂ ਵਧਾਵੇਗਾ ਸਭ ਤੋਂ ਚਿਰੇ ਜਾਵੇਗਾ। ਠੀਕ ਹੈ। ਹਾਂਜੀ, ਇਹ ਪਿੰਡ ਕਿਹੜਾ ਤੁਹਾਡਾ? ਜੱਲਾ ਲੱਕੇ ਕੇ ਠਾੜ ਔਰ ਫੁਣਕੀਆਂ। ਠੀਕ। ਹਾਂਜੀ, ਲੋਕ ਸਭਾ ਫਿਰੋਜ਼ਪੁਰ ਵੋਟਾਂ ਦੀ ਹਵਾ ਕਹਿੰਦੇ ਵੱਲ ਜ਼ਿਆਦਾ? ਸ਼ੇਰ ਸਿੰਘ ਮੈਨੂੰ ਗਵਾਇਆ। ਕੀ ਨਾਮ ਹੈ ਤੁਹਾਡਾ? ਜੋਗਿੰਦਰ। ਕਿਹੜਾ ਪਿੰਡ? ਜੱਲਾ ਲੱਕ ਠਾੜ। ਠੀਕ ਹੈ। ਇਹ ਲੋਕ ਸਭਾ ਫਿਰੋਜ਼ਪੁਰ ਵੋਟਾਂ ਦੀ ਹਵਾ ਕਿਹਦੇ ਵੱਲ ਜ਼ਿਆਦਾ ਹੈ? ਇਹ ਜੀ ਸ਼ੇਰ ਸਿੰਘ ਗਵਾਏ ਮਣੇ। ਠੀਕ ਹੈ, ਤੁਹਾਡਾ ਕੀ ਨਾਮ ਹੈ? ਮੇਰਾ ਸ਼ੇਰ ਸਿੰਘ। ਠੀਕ ਹੈ, ਸ਼ੇਰ ਸਿੰਘ ਦੀ ਵੋਟ ਸ਼ੇਰ ਸਿੰਘ ਨੂੰ? ਹਾਂ, ਇਹਨੂੰ ਹੀ ਪਾਵਾਂਗੇ। ਠੀਕ। ਲੋਕ ਸਭਾ ਫਿਰੋਜ਼ਪੁਰ ਦੀ ਵੋਟਾਂ ਦੀ ਹਵਾ ਕਹਿੰਦੇ ਵੱਲ ਜ਼ਿਆਦਾ ਹੈ? ਵੇਖੋ ਜੀ, ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਤਾਂ 3 ਕੈਂਡੀਡੇਟ ਵੈਸੇ ਤਾਂ ਮਜ਼ਬੂਤ ਜਾ ਰਹੇ ਨੇ। ਠੀਕ ਹੈ, ਪਰ ਆਪਦੀ ਘੜੀ 'ਚ ਸ਼ੇਰ ਸਿੰਘ ਕਵਾਇਆ 1 ਪੁਜੀਸ਼ਨ 'ਤੇ ਪਹਿਲੇ ਨੰਬਰ 'ਤੇ ਜਾ ਰਹੇ ਨੇ। ਠੀਕ। ਤੁਹਾਡਾ ਕੀ ਨਾਮ? ਮੇਰਾ ਨਾਮ ਜੋਗਿੰਦਰ ਸਿੰਘ ਜੀ, ਪਿੰਡ ਜੱਲਾ ਲੱਖ ਕੇ ਠਾੜ ਤੋਂ ਕੀਆਂ ਦਾ ਮੈਂ ਵਸਨੀਕ ਹਾਂ ਜੀ। ਠੀਕ।